ਭਾਈ ਕਨੀਆ ਸਾਹਿਬ ਸੁੰਨੀ ਯਾਤਰਾ ਪਹੁੰਚ ਚੁੱਕੀ ਹੈ। ਭਾਰੀਆਂ ਸੰਗਤਾਂ ਦੇ ਭਾਰਾ ਕੱਟ ਪਿਆਰ ਸ਼ਰਧਾ ਸਿਮਰ ਭਾਵਨਾ ਭਾਈ ਕਨੀਆ ਸਾਹਿਬ ਪ੍ਰਤੀ ਗੰਧ ਦੇਖਣ ਨੂੰ ਮਿਲ ਰਹੀ ਹੈ। ਭਾਈ ਕਨੀਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਆਰੇ ਸਿੱਖ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਆਪ ਬਖਸ਼ਿਸ਼ ਕਰਕੇ ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਕਨੀਏ ਨੂੰ ਇਹ ਵਰ ਦਿੱਤਾ ਸੀ, ਭਾਈ ਕਨੀਆ ਤੇਰੀ ਸੇਵਾ ਪ੍ਰਵਾਨ ਹੈ, ਤੇਰੇ ਨਾਂ 'ਤੇ ਪੰਥ ਚੱਲੇਗਾ, ਉਹ ਪੰਥ ਜਿਹੜਾ ਸੇਵਾ ਪੰਥੀ ਪੰਥ ਹੋਏਗਾ। ਗੁਰੂ ਪਿਆਰਿਓ, ਜਦੋਂ ਅਸੀਂ ਕਥਾ ਸੁਣਦੇ ਹਾਂ ਇਤਿਹਾਸ ਪੜ੍ਹਦੇ ਹਾਂ, ਇਹ ਗੱਲ ਆਮ ਲਿਖੀ ਹੁੰਦੀ ਹੈ, ਉਦਾਸੀ ਨਿਰਮਲੇ ਸੇਵਾ ਪੰਥੀ, ਲੇਕਿਨ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਉਹ ਸੇਵਾ ਪੰਥੀ ਕਿਹੜੇ। ਗੁਰੂ ਘਰ ਦੇ ਵਿੱਚ ਤਾਂ ਸਾਰੇ ਸੇਵਾ ਪੰਥੀ ਨੇ ਜਿਹੜੇ ਸੇਵਾ ਕਰਦੇ ਨੇ, ਲੇਕਿਨ ਇਹ ਸੰਪਰਦਾ ਹੈ ਭਾਈ ਕਨੀਆ ਜੀ ਦੀ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਕੀਤੀ ਸੀ ਸੇਵਾ ਪੰਥੀ ਸੰਪਰਦਾ, ਜਿਹਦਾ ਬਾਅਦ ਵਿੱਚ ਨਾਂ ਬਣਿਆ ਸੇਵਾ ਪੰਥੀ ਅਟਲ ਸਾਹਿਬ ਸੇਵਾ, ਜਿਨ੍ਹਾਂ ਨੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ। ਸਮਿਆਂ ਦੇ ਵਿੱਚ ਵਿਗੜੇ ਸਮਿਆਂ ਦੇ ਵਿੱਚ ਗੁਰੂ ਦਰਬਾਰ ਸਾਹਿਬ